ਪ੍ਰੋਗਰਾਮ ਸਟੇ ਟਾਕ ਦੇ ਆਹ ਇਸ ਐਪੀਸੋਡ ਵਿੱਚ ਦਰਸ਼ਕਾ ਦਾ ਸਵਾਗਤ ਹੈ ਅੱਜ ਇੱਕ ਬਹੁਤ ਵੱਖਰੇ ਸਰੋਕਾਰ ਤੇ ਸੰਦਰਭ ਦੇ ਵਿੱਚ ਗੱਲਬਾਤ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਨਾਲੇ ਖਾਸ ਮਹਿਮਾਨ ਸਾਡੇ ਨਾਲ ਹੈਗੇ ਨੇ ਅੱਜ ਇਹ ਸਾਡੀ ਗੱਲਬਾਤ ਇੱਕ ਐਸੇ ਸੰਦਰਭ ਦੇ ਵਿੱਚ ਹੋ ਰਹੀ ਹੈਗੀ ਹੈ ਜੋ ਕਿ ਉਭਰਿਆ ਹੈ ਉਹਨਾਂ ਚਿੰਤਾਵਾਂ ਦੇ ਵਿੱਚੋਂ ਜੋ ਕਿ ਇਸ ਵਕਤ ਖੜੀਆਂ ਹੈਗੀਆਂ ਨੇ ਉਹ ਚਿੰਤਾਵਾਂ ਜੋ ਕਿ ਸਾਡੇ ਦੇਸ਼ ਦੇ ਹਰਮਨ ਪਿਆਰੇ ਕ੍ਰਿਕਟਰ ਯੁਵਰਾਜ ਸਿੰਘ ਦੀ ਉਸ ਜद्दोजਹਿਦ ਉਸ ਲੜਾਈ ਨੂੰ ਲੈ ਕੇ ਹੈਗੀਆਂ ਨੇ ਜੋ ਕਿ ਇਸ ਵਕਤ ਅਮਰੀਕਾ ਦੇ ਹਸਪਤਾਲ ਵਿੱਚ ਯੁਵਰਾਜ ਲੜ ਰਹੇ ਹੈਗੇ ਨੇ ਉਸ ਘਾਤਕ ਬਿਮਾਰੀ ਕੈਂਸਰ ਦੇ ਖਿਲਾਫ ਕਾਮਨਾਮਾ ਦਾ ਸਹਿਲਾ ਪੂਰੇ ਦੇਸ਼ ਪੂਰੀ ਦੁਨੀਆ ਵਿੱਚ ਯੁਵਰਾਜ ਦੀ ਭਲਾਈ ਲਈ ਆ ਰਿਹਾ ਹੈ ਉਮੜ ਰਿਹਾ ਹੈਗਾ ਲੇਕਿਨ ਇਸ ਸਮੇ ਯੁਵਰਾਜ ਦੇ ਸਭ ਤੋਂ ਨੇੜੇ ਕੁਝ ਲੋਕ ਹੈਗੇ ਨੇ ਜੋ ਕਿ ਸ਼ਾਇਦ ਸਾਡੂੰ 10 ਸਕੰਡ ਵੀ ਇਸ ਵਕਤ ਯੁਵਰਾਜ ਦੀ ਮਨੁਸਤੀਤੀ ਕੀ ਹੈਗੀ ਹੈ ਕਿਵੇਂ ਮਹਿਸੂਸ ਕਰ ਰਿਹਾ ਹੈ ਉਹ ਯੁਵਰਾਜ ਜੋ ਕਿ ਫਾਈਟਰ ਬਣ ਗਿਆ ਹੈ ਇਜ਼ੀ ਫਾਈਟਿੰਗ ਬੈਕ ਦਾ ਕੈਂਸਰ ਸਾਡੀ ਅੱਜ ਦੀ ਗੱਲਬਾਤ ਯੁਵਰਾਜ ਸਿੰਘ ਦੀ ਇਸ ਬਿਮਾਰੀ ਬਾਰੇ ਹੈਗੀ ਹੈ ਉਹਨਾਂ ਦੇ ਹੀ ਪਿਤਾ ਯੋਗਰਾਜ ਸਿੰਘ ਜੀ ਦੇ ਨਾਲ ਜੋ ਕਿ ਸਾਡੇ ਨਾਲ ਸਟੂਡੀਓ ਵਿੱਚ ਹੈਗੇ ਨੇ ਬਹੁਤ ਬਹੁਤ ਸਵਾਗਤ ਹੈ ਯੋਗਰਾਜ ਜੀ ਸਾਡੇ ਸਟੂਡੀਓ ਵਿੱਚ ਦਰਸ਼ਕਾਂ ਨੂੰ ਦੱਸ ਦਈਏ ਵੈਸਾ ਯੋਗਰਾਜ ਸਿੰਘ ਖੁਦ ਵੀ ਇੱਕ ਟੈਸਟ ਕ੍ਰਿਕਟਰ ਰਹੇ ਹੈਗੇ ਨੇ ਤੇ ਲੈਜੈਂਡਰੀ ਐਕਟਰ ਹੈਗੇ ਨੇ ਪੰਜਾਬੀ ਸਿਨੇਮਾ ਦੇ ਲੇਕਿਨ ਅੱਜ ਬਤੌਰ ਇੱਕ ਪਿਤਾ ਇਸ ਸਟੂਡੀਓ ਵਿੱਚ ਹੈਗੇ ਨੇ ਯੋਗਰਾਜ ਜੀ ਕਿਵੇਂ ਦਾ ਮਹਿਸੂਸ ਕਰ ਰਹੇ ਹੈਗੇ ਇੱਕ ਪਿਤਾ ਅੱਜ ਆਪਣੇ ਆਪ ਨੂੰ ਥੋੜਾ ਜਿਹਾ ਡਿਫੀਟਡ ਮੰਨਦਾ ਹੈਗਾ ਐਡਾ ਲੈਜੈਂਡਰੀ ਉਹਨਾਂ ਦਾ ਸਟਾਰ ਪੁੱਤਰ ਹੈਗਾ ਅੱਜ ਉਸ ਨੂੰ ਕੈਂਸਰ ਦੀ ਲੜਾਈ ਦੇ ਨਾਲ ਯੂਜਨਾ ਪੈ ਰਿਹਾ ਹੈਗਾ ਇਸ ਹਾਲਾਤ ਨੂੰ ਪੈਦਾ ਕਰਨ ਦੇ ਵਿੱਚ तमाम ਗੱਲਾਂ ਬਾਤਾਂ ਰਹੀਆਂ ਹੈਗੀਆਂ ਨੇ ਅਸੀਂ ਕਈ ਖਬਰਾਂ ਸੁਣੀਆਂ ਹੈਗੀਆਂ ਨੇ ਹਾਲਾਂਕਿ ਅਸੀਂ ਸਮਝ ਰਹੇ ਇੱਕ ਬਿਨਾਈਨ ਕੈਂਸਰ ਹੈਗਾ ਜਿਸ ਨੂੰ ਕਿ ਟ੍ਰੀਟ ਕੀਤਾ ਜਾ ਸਕਦਾ ਹੈ ਬਟ ਐਸ ਅ ਫਾਦਰ ਤੁਸੀਂ ਅੱਜ ਕਿੰਨੇ ਕੁ ਆਸ਼ਵਸਥ ਹੋ ਕਿੰਨਾ ਕੁ ਵਿਸ਼ਵਾਸ ਹੈ ਵੀ ਯੁਗਰਾਜ ਲੜਪਾਨ ਕੇ ਇਸ ਬਿਮਾਰੀ ਦੇ ਨਾਲ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਮੈਂ ਜ਼ਿੰਦਗੀ ਚ ਸਰਦਾਰ ਭਾਗ ਸਿੰਘ ਦਾ ਪੁੱਤ ਹੋਣ ਦੇ ਨਾਤੇ ਆਪਣੇ ਫਾਦਰ ਦਾ ਮੈਂ ਸ਼ਾਇਦ ਉਹ ਫਰਜ਼ ਨਹੀਂ ਨਿਭਾ ਸਕਿਆ ਇੱਕ ਫਾਦਰ ਇੱਕ ਹਸਬੰਦ ਇੱਕ ਸਨ ਔਰ ਮੈਂ ਕੰਪਰੋਮਾਈਜ਼ ਕਰਦਾ ਕਰਦਾ ਕਿ ਆਹ ਨਾ ਖਰਾਬ ਹੋ ਜੇ ਆਹ ਨਾ ਖਰਾਬ ਹੋ ਜੇ ਇਹ ਵੀ ਠੀਕ ਕਰ ਲੋ ਇਹ ਵੀ ਠੀਕ ਕਰ ਲੋ ਤਾਂ ਬੜੀ ਦੂਰ ਤੱਕ ਚਲਾ ਗਿਆ ਯਵਰਾਜ ਸਿੰਘ ਬਚਪਨ ਤੋਂ ਲੈ ਕੇ ক্রিকেট ਦੀ ਇਮਾਰਤ ਤੱਕ ਕਿਵੇਂ ਚੜਿਆ ਕਿਵੇਂ ਨਹੀਂ ਚੜਿਆ ਇਹ ਸਾਰੀ ਦੁਨੀਆ ਜਾਣਦੀ ਮੈਨੂੰ ਕਹਿਣ ਦੀ ਲੋੜ ਨਹੀਂ ਹਰ ਫਾਦਰ ਆਪਣੇ ਬੱਚੇ ਵਾਸਤੇ ਕਰਦਾ ਹੈ युवराज सिंह 19-20 साल दी उम्र ਤੋਂ ਬਾਅਦ ਪਿਓ ਨੂੰ ਛੱਡ ਕੇ ਚਲਾ ਗਿਆ ਮਾਂ ਚਲੀ ਗਈ ਛੋਟੇ ਭਰਾ ਨੂੰ ਵੀ ਲੈ ਗਿਆ ਕੋਈ ਗੱਲ ਨਹੀਂ ਮੈਂ ਜ਼ਿੰਦਗੀ ਚੜ੍ਹਾ ਵੱਡਾ ਪਹਾੜਾ ਮੈਨੂੰ ਕੋਈ ਗੇਰ ਨਹੀਂ ਸਕਦਾ ਔਰ ਮੇਰੇ ਅਸੂਲ ਵੀ ਨਹੀਂ ਕੋਈ ਤੋੜ ਸਕਦਾ ਬੇਸ਼ੱਕ ਉਹ ਮੇਰੇ ਦੋਸਤ ਨੇ ਮੇਰੀ ਸੁਸਾਇਟੀ ਹੈ ਜਾਂ ਮੇਰੀ ਫੈਮਿਲੀ ਹੈ ਜਾਂ ਮੇਰੇ ਰਿਸ਼ਤੇਦਾਰ ਨੇ ਕੋਈ ਵੀ ਨੇ ਲੇਕਿਨ ਅੱਜ ਦੁੱਖ ਇਸ ਗੱਲ ਦਾ ਹੈ ਕਿ ਮੈਂ ਲੀਨੈਂਸੀ ਦਿੰਦਾ ਗਿਆ ਕੋਈ ਗੱਲ ਨਹੀਂ ਮਾਂ ਹੈਗੀ ਐ ਲੋਕੀ ਨਾਨਕਿਆਂ ਚ ਵੀ ਪੜਦੇ ਐ ਲੋਕੀ ਰਿਸ਼ਤੇਦਾਰਾਂ ਚ ਵੀ ਪੜਦੇ ਐ ਪਿਓ ਚ ਕਈ ਖਾਮੀਆਂ ਹੋਣਗੀਆਂ ਨਹੀਂ ਚੰਗੇ ਲੱਗਿਆ ਉਹ ਪਿਓ ਨੂੰ ਛੱਡ ਕੇ ਚਲਾ ਗਿਆ ਮਾਂ ਦਾ ਨਹੀਂ ਸੂਤ ਆਇਆ ਕੰਮੋਂ ਚਲੀ ਗਈ ਹੁੰਦਾ ਕੋਈ ਮਾਂ ਮੋਰ ਦੀ ਲਾਸਟ ਪਰਸਨ ਛੋਟੇ ਬੇਟੇ ਨੂੰ 9 ਸਾਲ ਦਿਨੋਂ ਵੀ ਲੈ ਗਈ ਲੇਕਿਨ ਕ੍ਰਿਕਟ ਦੇ ਨਾਲ ਨਾਲ ਉਹਦੀ ਸਿਹਤ ਜੁੜੀ ਬਹੁਤ ਜ਼ਰੂਰੀ ਹੈ ਮੇਰੇ ਵਾਸਤੇ ਉਹਦੀ ਕ੍ਰਿਕਟ ਬਾਅਦ ਚ ਹੈ ਪਹਿਲਾਂ ਉਹਦੀ ਸਿਹਤ ਹੈ ਅੱਜ ਅਜੇ ਕੀਆ ਜਾ ਰਿਹਾ ਹੈਗਾ ਵੀ ਉਹਨਾਂ ਦਾ ਜਿਹੜਾ ਕੈਂਸਰ ਹੈ ਬਹੁਤ ਸ਼ੁਰੂਆਤੀ ਸਟੇਜ ਹੈ ਕਿਉਰੇਬਲ ਕੈਂਸਰ ਹੈ ਬਿਲਕੁਲ 100% ਦਾ ਇਲਾਜ ਹੋ ਜਾਏਗਾ ਦੁਨੀਆ ਦੇ ਬੈਸਟ ਜਿਹੜੇ ਕੈਂਸਰ ਸਰਜਨ ਡਾਕਟਰ ਲਾਰੈਂਸ ਆਇਨਹੋਨ ਉਹਨਾਂ ਦਾ ਇਲਾਜ ਕਰ ਰਹੇ ਹੈਗੇ ਨੇ ਇਹ तमाम ਗੱਲਾਂ ਕਹੀ ਜਾ ਰਹੀਆਂ ਲੇਕਿਨ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਸ਼ਾਇਦ ਇਲਾਜ ਸ਼ੁਰੂ ਹੋਣ ਚ ਦੇਰੀ ਹੋਈ ਦੇਰੀ ਕਿਉਂ ਹੋਈ ਇਹ 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 ਦੇ ਇਹ ਦੇ ਮੁਤਲਕ ਤੁਹਾਡੀ ਜਾਣਕਾਰੀ ਹੈ ਤੁਹਾਨੂੰ ਪਤਾ ਸੀ ਇਸ ਗੱਲ ਦਾ ਵੀ ਵੀ ਇਸ ਕਿਸਮ ਦੀ ਕਾਤਕ ਬਿਮਾਰੀ ਹੈ ਇਸ ਦਾ ਇਲਾਜ ਛੇਤੀ ਸ਼ੁਰੂ ਹੋਣਾ ਬਹੁਤ ਜ਼ਰੂਰੀ ਹੈਗਾ ਕੈਂਸਰ ਨੂੰ अर्ਲੀ ਸਟੇਜ ਤੇ ਡਿਟੈਕਟ ਕਰਨਾ ਅੱਜ ਇੱਕ ਬੜੀ ਵੱਡੀ ਜਿੱਤ ਮੰਨਿਆ ਜਾਂਦਾ ਹੈਗਾ ਜੇ ਲੜਾਈ ਕੈਂਸਰ ਦੀ ਲੜਨੀ ਹੋਵੇ ਤਾਂ ਮੈਂ ਬੜਾ ਪਾਰਟਿਕੂਲਰ ਹਾਂ ਆਪਣੇ ਬੱਚਿਆਂ ਬਾਰੇ ਕਿ ਜਿਹੜਾ ਇਲਾਜ ਜੇ ਕਿਸੇ ਨੂੰ ਖਾਂਸੀ ਹੈ ਬੁਖਾਰ ਹੈ ਕੁਝ ਵੀ ਉਹਦਾ ਇਲਾਜ ਹੋਣਾ ਚਾਹੀਦਾ ਟਾਈਮ ਸਿਰ ਤੁਸੀਂ ਲੇਟ ਦੀ ਗੱਲ ਕਰਦੇ ਹੋ ਮੈਂ ਕਹਿੰਨਾ ਐਡਾ ਵੱਡਾ ਗੁਨਾਹ ਹੋਇਆ ਇਸ ਚੀਜ਼ ਦੇ ਵਿੱਚ ਕਿ ਜਿਹੜੀ ਚੀਜ਼ 9 ਮਹੀਨੇ 8 ਮਹੀਨੇ ਪਹਿਲਾਂ ਮੈਂ ਤਾਂ 2006 ਦਾ ਰੌਲਾ ਪਾ ਰਿਆ 2009 ਦਾ ਰੌਲਾ ਪਾ ਰਿਆ ਸਮਥਿੰਗ ਇਜ਼ ਰੋਂਗ ਸਾਰੀਆਂ ਦੀਆਂ ਸੀਡੀਆਂ ਦੇਖੋ ਘੁਮਾ ਕੇ ਕੁਛ ਨਾ ਕੁਛ ਗੜਬੜ ਹੈਗੀ ਹੈ ਬਾਡੀ ਦੇ ਵਿੱਚ ਨਹੀਂ ਤਾਂ ਬੰਦਾ ਇੱਕ ਫਿੱਟ ਬੰਦਾ ਇਹਨਾਂ ਨਹੀਂ ਖੰਗਦਾ ਲੇਕਿਨ ਇੱਕ ਡਿਟੈਕਟ ਕੀਤਾ ਡਾਕਟਰ ਕੋਲੀ ਨੇ ਕੋ ਡਾਕਟਰ ਕੋਲੀ ਦੀ ਲੈਬ ਚ ਗਏ ਉੱਥੇ ਜਾ ਕੇ ਡਾਕਟਰ ਚਤਨ ਚੌਧਰੀ ਵੀ ਸੀ ਉੱਥੇ ਨਿਸ਼ਾਨ ਤਰੋੜਾ ਵੀ ਸੀ ਉੱਥੇ तमाम ਸਾਰੇ ਬੰਦੇ ਸੀ ਜਿਹੜੇ ਯੋਗਰਾਜ ਸਿੰਘ ਦੇ ਵਾਲੇ ਦੁਆਲੇ ਨੇ ਉਹਦਾ ਕੰਮ ਸੰਭਾਲਦੇ ਨੇ ਕੋਈ ਉਹਦਾ ਫਿਜ਼ਿਓ ਹੈ ਕੋਈ ਉਹਦਾ ਕੁਸ਼ ਹੈ ਕੋਈ ਉਹਦਾ ਮੀਡੀਆ ਚੈਨਲ ਵਾਲਾ ਜਦੋਂ ਨੇ ਦੱਸਿਆ ਕਿ ਤੁਹਾਨੂੰ ਕੈਂਸਰ ਹੈ ਤੁਹਾਨੂੰ ਤੁਹਾਡੇ ਇਹ ਜਿਹੜਾ ਟਿਊਮਰ ਹੈ ਔਰ ਉਸ ਬੰਦੇ ਨੇ ਮੈਨੂੰ ਫੋਨ ਕੀਤਾ ਕਹਿੰਦਾ ਯੋਗਰਾਜ ਸਿੰਘ ਜੀ ਮੈਂ ਤੁਹਾਨੂੰ ਇਹ ਫਾਦਰ ਇਹ ਗੱਲ ਕਹਿਣਾ ਪਲੀਜ਼ ਤੁਸੀਂ ਆਪਣੇ ਬੇਟੂ ਨੂੰ ਇਮੀਡੀਏਟਲੀ ਅਮਰੀਕਾ ਲੈ ਜਾਓ ਔਰ ਮੈਨੂੰ ਉਸ ਡਾਕਟਰ ਨੂੰ ਗੱਲ ਕਹਿਣੀ ਪਈ ਡਾਕਟਰ ਕੋਲੀ ਕਹਿ ਰਹੇ ਡਾਕਟਰ ਕੋਲੀ ਉਦੋਂ ਨੰਬਰ ਮੇਰੇ ਕੋਲ ਆ ਤੁਸੀਂ ਸਾਰੇ ਬੰਦ ਨੂੰ ਕੁਐਸਚਨ ਪੁੱਛ ਸਕਦੇ ਹੋ ਮੈਨੂੰ ਇਹ ਗੱਲ ਕਈ ਕਿ ਮੈਂ ਦਾ ਬਦਨਸੀ ਬਾਪ ਆ ਕਿ ਕਾਸ਼ ਮੈਂ ਜਾ ਕੇ ਆਪਣੇ ਮੂੰਹ ਤੇ ਮੁੰਡੇ ਦੇ ਮੂੰਹ ਤੇ ਦੋ ਤਿੰਨ ਥੱਪੜ ਮਾਰਦਾ ਤੇ ਆਪਣੀ ਜਨਾਨੀ ਨੂੰ ਕਹਿੰਦਾ ਸ਼ਟ ਅਪ ਐਂਡ ਸਿਟ ਡਾਊਨ ਉਹਨੂੰ ਚੱਕ ਕੇ ਅਮਰੀਕਾ ਲੈ ਜਾਂਦਾ ਲੇਕਿਨ ਮੈਂ ਹਾਲਾਚ ਹੈ ਨਹੀਂ ਕਿਉਂਕਿ ਮੈਂ ਕਨਫਰਨਟੇਸ਼ਨ ਚ ਨਹੀਂ ਪੈਣਾ ਚਾਹੁੰਦਾ ਕਿਉਂਕਿ ਯੁਵਰਾਜ ਸਿੰਘ ਜਿਹੜੇ ਉਹਦੇ ਬਾਬੇ ਨੇ ਜਿੱਥੇ ਉਹ ਜਾਂਦਾ ਮੈਨੂੰ ਨਹੀਂ ਪਤਾ ਕੌਣ ਹੈ ਕੌਣ ਨਹੀਂ ਆਈ ਡੋਟ ਨੋ ਥੈਮ ਉਹਦੇ ਮਾਪਿਓ ਨੇ ਉਹਦੇ ਗੁਰੂ ਜੀ ਨੇ ਉਹਦਾ ਕਰਤਾ ਧਰਤਾ ਨੇ ਸਭ ਕੁਝ ਨੇ ਜਦ ਯੁਵਰਾਜ ਸਿੰਘ ਕੁਛ ਨਹੀਂ ਸੀ ਉਦੋਂ ਨਾ ਕੋ ਗੁਰੂ ਬਣਿਆ ਨਾ ਕੋ ਮਾਂ ਬਣੀ ਤੇ ਨਾ ਕੋ ਸੱਜਣ ਬਣਿਆ ਨਾ ਕੋ ਨਾਨਕੇ ਬਣੇ ਲੇਕਿਨ ਜਦੋਂ ਬਣ ਗਿਆ ਉੱਥੇ ਜਾਂਦਾ ਸੀ ਉਹ ਰੋਟੀ ਵੀ ਖਾਣੀ ਹੁੰਦੀ ਹੈ ਨਾ ਤੇ ਮੈਨੂੰ ਪਤਾ ਲੱਗਿਆ ਫਿਰ ਬਾਬਾ ਨੂੰ ਪੁੱਛਦਾ ਤੇ ਰੋਟੀ ਖਾਂਦਾ ਉਸ ਇਲਾਜ ਦੀ ਰਿਪੋਰਟ ਉਹ ਜਿਹੜਾ ਉਹਦੀ ਰਿਪੋਰਟ ਜਿਹੜੀ ਬਾਬੇ ਕੋਲ ਪਹੁੰਚੀ ਬਾਬਾ ਜੀ ਨੇ ਕਿਹਾ ਇਹ ਜਤਨ ਚੌਧਰੀ ਨੂੰ ਇੱਥੇ ਬਿਠਾਓ ਲਿਆ ਕੇ ਆਪਾਂ ਕਿਸੇ ਨੂੰ ਬੈਠਾਂਗੇ ਉਹਨੂੰ ਸਾਰ ਨੂੰ ਨਿਸ਼ਾਨ ਤੋੜ ਐਵਰੀਬਡੀ ਇੱਥੇ ਲਿਆ ਕੇ ਬਿਠਾਵਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਤੂੰ ਇਲਾਜ ਕਿਉਂ ਨਹੀਂ ਕੀਤਾ ਜਤਨ ਚੌਧਰੀ ਕਹਿੰਦਾ ਸੀ ਜੀ ਬਾਬਾ ਜੀ ਕਹਿੰਦੇ ਇਹਨੂੰ ਕੁਝ ਨਹੀਂ ਹੋਇਆ ਜਾ ਵੀ ਮੁੰਡਿਆ ਤੂੰ ਖੇਲ ਇਨਸਪਾਈਟ ਕਿ ਰਿਪੋਰਟ ਤੁਹਾਡੇ ਸਾਹਮਣੇ ਪਈ ਹੈ ਤੂੰ ਜਾ ਕੇ ਖੇੜ ਇਹਨੂੰ ਕੁਝ ਨਹੀਂ ਹੋਇਆ ਇਹਨੂੰ ਕਿਸ ਨੇ ਟੂਣਾ ਕੀਤਾ ਇਹਨੂੰ ਕਿਸ ਨੇ ਬਲੈਕ ਮੈਜਿਕ ਕੀਤਾ ਜਤਨ ਚੌਧਰੀ ਮੈਨੂੰ ਰੋਜ਼ ਦੱਸ ਰਿਹਾ ਮੈਨੂੰ ਜਤਨ ਚੌਧਰੀ ਨੇ ਇਹ ਵੀ ਕਿਹਾ ਕਿ ਤੁਸੀਂ ਬਾਬਾ ਜੀ ਕੋਲ ਜਾਓ ਮੈਂ ਕਿਹਾ ਮੈਂ ਸਾਦਾ ਸੁਧਾ ਡੇਰੇ ਤੇ ਜਿਹੜੇ ਕਮਜ਼ੋਰ ਬੰਦੇ ਨੇ ਉਹ ਸਾਧਾ ਡੇਰੇ ਤੇ ਜਾਂਦੇ ਨੇ ਜਿਹੜੀਆਂ ਜਨਾਨੀਆਂ ਨੂੰ ਆਪਣੇ ਘਰ ਵਾਲਿਆਂ ਨੂੰ ਬਸਤ ਕਰਨਾ ਹੈ ਮੁੰਡਿਆਂ ਨੂੰ ਬਸਤ ਕਰਨਾ ਧਾਗੇ ਤੇ ਬੀਦ ਕਰਨਾ ਹੈ ਉਹ ਸਾਧੂਆਂ ਦੇ ਤੇ ਇਹਨਾਂ ਦੇ ਬਾਬੇ ਦੇ ਡੇਰੇ ਤੇ ਜਾਂਦੇ ਨੇ ਮੈਂ ਨਹੀਂ ਜਾਂਦਾ ਲੇਕਿਨ ਉਸ ਬਾਬੇ ਨੇ ਇਲਾਜ ਨਹੀਂ ਹੋਣ ਦਿੱਤਾ ਕਿਉਂਕਿ ਉਹ ਕਹਿੰਦਾ ਸੀ ਇਹਨੂੰ ਕੁਝ ਨਹੀਂ ਹੋਇਆ ਉਹਨੇ ਇੰਗਲੈਂਡ ਖੇਲਣ ਭੇਜਦਾ ਮੈਂ ਕਹਾ ਯੂਵੀ ਤੂੰ ਇੰਗਲੈਂਡ ਖੇਡਣ ਜਾ ਰਿਹਾ ਹੈ ਕਹਿੰਦਾ ਹਾਂ papa ਬਾਬਾ ਜੀ ਨੇ ਕਿਹਾ ਤੂੰ ਜਾ ਮੈਂ ਕਹਾ ਯਾਰ ਤੇਰਾ ਦਿਮਾਗ ਖਰਾਬ ਹੈ ਤੂੰ ਕਮ ਸੇ ਕਮ ਚੈੱਕ ਤਾਂ ਕਰਾ ਨਹੀਂ ਜਤਨ ਚੌਧਰੀ ਕਹਿੰਦਾ ਹੀ ਇਜ਼ ਫਾਈਨ ਓਕੇ ਹੈ ਜੀ ਰਾਫੀਨ ਮੇਰੀ ਦੀਦੀ ਹੈ ਫਲਾਣਾ ਮੈਂ ਇਲਾਜ ਕਰਾ ਰਿਹਾ ਸਭ ਕੁਝ ਹੋ ਰਿਹਾ ਕਦੇ ਕੈਂਸਰ ਦਾ ਇਲਾਜ ਵੀ ਦਵਾਈਆਂ ਨਾਲ ਹੋਇਆ ਜੋ ਹੋਇਆ ਹੁੰਦਾ ਤਾਂ ਫਿਰ ਹਰੇਕ ਬੰਤਾ ਇਲਾਜ ਦਵਾਈਆਂ ਨਾਲ ਕੋੰਦਾ ਇੰਗਲੈਂਡ ਗਿਆ ਰੱਬ ਦੀ ਚਲੋ ਮੈਂ ਕਹਣਾ ਕਰਨੀ ਸੀ ਉਹਦੀ ਉਂਗਲ ਟੁੱਟ ਗਈ ਵਾਪਸ ਆ ਗਿਆ ਵਾਪਸ ਆ ਗਿਆ ਫੇਰ ਬਾਬਾ ਜੀ ਕੋਲ ਚਲੇ ਗਏ ਫੇਰ ਮੈਂ ਕਿਹਾ ਯਾਰ ਮੁੰਡੇ ਦਾ ਕੁਝ ਕਰੋ ਆਈ ਬੀਨ ਸ਼ਾਊਟਿੰਗ ਔਨ ਟੌਪ ਮਾਈ ਵਾਈਸ ਲੇਕਿਨ ਮੇਰੀ ਸੁਣਦਾ ਕੌਣ ਪਿਓ ਤੂੰ ਕੀ ਲੈਣਾ ਮਾਂ ਕਹਿੰਦੀ ਇਹਨੇ ਕੀ ਲੈਣਾ ਤੇ ਚਲੋ ਛੋਟਾ ਭਰਾ ਤਾਂ ਵਿਚਾਰਾ ਏਡੇ ਜੋਗੀ ਹੈ ਨਹੀਂ ਕੁਝ ਬੋਲੇ ਉਹ ਤਾਂ ਉਹ ਸੱਤਿਆਣਾ ਸੁਵਜਿਆ ਮੈਂ ਤੁਸੀਂ ਉਹਨੂੰ ਦੇਖੋ ਉਹਨੂੰ ਲੱਗੇ ਸੀ ਜੇ ਕੁਝ ਇੰਨੇ ਚੰਗੇ ਹੁੰਦੇ ਤਾਂ ਕੁਛ ਉਹਦਾ ਬਣਾਉਂਦੇ ਪਰ ਕੁਝ ਨਹੀਂ ਹੋਇਆ